ਸਤਿ ਸ਼੍ਰੀ ਅਕਾਲ, ਮੇਰੀ ਨਾਤੀ ਮਾਂ, ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼। ਤੁਹਾਨੂੰ ਅੱਜ ਅਸੀਂ ਦਿਖਾਵਾਂਗੇ ਇੱਕ ਕਲਯੁੱਗ ਦੀ ਉਹ ਤਸਵੀਰ। ਕਿਹਾ ਜਾਂਦਾ ਕਿ ਕਲਯੁੱਗ ਦਾ ਸਮਾਂ, ਕਲਯੁੱਗ ਦਾ ਸਮਾਂ ਕਿਵੇਂ ਆ, ਤਸਵੀਰ ਸਕਰੀਨ ਤੇ ਦੇਖ ਸਕਦੇ ਹੋ, ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੀ ਬਜ਼ੁਰਗ ਮਾਂ, ਜਿਸ ਦੀ ਉਮਰ 80 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਉਸਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਾ ਰਿਹਾ। ਇਸ ਤੋਂ ਉੱਪਰ ਹੋਰ ਕਿਹੜਾ ਕਲਯੁੱਗ ਹੋਵੇਗਾ। ਜਿਹੜੀ ਮਾਂ ਆਪਣੇ ਪੁੱਤ ਨੂੰ ਬਹੁਤ ਲਾਡਾਂ ਚਾਵਾਂ ਦੇ ਨਾਲ ਪਾਲਦੀ ਆ, ਆਪਣੀ ਧੀ ਨੂੰ ਵੀ ਲਾਡਾਂ ਚਾਵਾਂ ਦੇ ਨਾਲ ਪਾਲਦੀ ਆ, 9 ਮਹੀਨੇ ਬੱਚੇ ਨੂੰ ਆਪਣੇ ਪੇਟ ਦੇ ਵਿੱਚ ਰੱਖਦੀ ਆ, ਉਦੋਂ ਤੋਂ ਹੀ ਮਾਂ ਆਪਣੇ ਬੱਚੇ ਨੂੰ ਪਿਆਰ ਕਰਨ ਲੱਗ ਜਾਂਦੀ ਆ, ਕਾਫੀ ਉਮੀਦਾਂ ਦੀਆਂ ਜਿਹੜੀਆਂ ਉਹ ਗੱਲਾਂ ਨੂੰ ਬੁਣਦੀ ਆ, ਪਰੋਂਦੀ ਆ ਕਿ ਜਦੋਂ ਮੇਰਾ ਧੀ ਪੁੱਤ ਵੱਡਾ ਹੋਵੇਗਾ ਤਾਂ ਮੇਰਾ ਨਾਮ ਰੋਸ਼ਨ ਕਰੇਗਾ, ਮੇਰੀ ਇੱਜ਼ਤ ਤੇ ਕਦਰ ਕਰੇਗਾ। ਆਹ ਇੱਜ਼ਤ ਤੇ ਕਦਰ ਕੀਤੀ ਜਾਂਦੀ ਹੈ ਇੱਕ ਪੁੱਤ ਦੇ ਵੱਲੋਂ, ਆਹ ਮੁੱਲ ਮੋੜਿਆ ਜਾਂਦਾ ਆਪਣੀ ਮਾਂ ਦੇ ਕੁੱਖ ਦਾ, ਜਦੋਂ ਜਿਹੜੀ ਉਮਰ ਦੇ ਵਿੱਚ ਆ ਕੇ ਉਸਨੂੰ ਸੇਵਾ ਦੀ ਲੋੜ ਹੁੰਦੀ ਆ, ਉਸਨੂੰ ਰੋਟੀ ਪਾਣੀ ਸਹੀ ਸਮੇਂ ਤੇ ਦੇਣ ਦਾ ਸਮਾਂ ਆਉਂਦਾ, ਤਾਂ ਉਸਨੂੰ ਇਸ ਤਰੀਕੇ ਦੇ ਨਾਲ ਵੱਟਾਂ ਤੇ ਲਿਜਾ ਕੇ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ। ਇਹ ਹੈ ਕਲਯੁੱਗ। ਜੇਕਰ ਅੱਜ ਅਜਿਹੇ ਸਮੇਂ ਦੇ ਵਿੱਚ ਅਜਿਹਾ ਹੋ ਰਿਹਾ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ, ਤਾਂ ਉਸ ਵਕਤ ਕੀ ਹਾਲਾਤ ਹੋਣਗੇ, ਇਹ ਤਸਵੀਰਾਂ ਸ਼ਰੇਆਮ ਬਿਆਨ ਕਰਦੀਆਂ ਨੇ। ਕਿਉਂਕਿ ਮਾਂ ਨੂੰ ਜਿਹੜਾ ਕਿ ਰੱਬ ਦਾ ਜਿਹੜਾ ਦਰਜਾ ਦਿੱਤਾ ਗਿਆ, ਪਰ ਅੱਜ ਉਸੇ ਮਾਂ ਨੂੰ ਸ਼ਰੇਆਮ ਸੜਕਾਂ ਤੇ ਵੀ ਅਸੀਂ ਰੁਲਦਾ ਵੇਖਦੇ ਹਾਂ। ਮਾਵਾਂ ਨੂੰ ਇੰਨਾ ਕੁ ਬੋਝ ਲੱਗਣ ਲੱਗ ਜਾਂਦਾ ਪੁੱਤਾਂ ਨੂੰ, ਆਪਣੀਆਂ ਮਾਵਾਂ ਦਾ, ਕਿ ਉਹਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਦਿੰਦੇ ਨੇ, ਉਹਨਾਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡਣ ਲਈ ਮਜਬੂਰ ਹੋ ਜਾਂਦੇ ਨੇ। ਕਿਉਂ? ਉਹੀ ਮਾਂ ਜਿਹੜੀ ਕਿ ਆਪਣੇ ਪੁੱਤਾਂ ਨੂੰ, ਆਪਣੇ ਧੀਆਂ ਨੂੰ ਇੰਨੇ ਸ਼ੌਂਕ ਨਾਲ ਪਾਲਦੀ ਆ, ਇੰਨੇ ਹਰ ਇੱਕ ਉਹਨਾਂ ਦੀ ਖੁਸ਼ੀ ਦੇ ਵਿੱਚ ਖੁਸ਼ ਹੁੰਦੀ ਆ, ਉਹਦੀਆਂ ਜਿਹੜੀਆਂ ਵੀ ਉਸਦੀਆਂ ਜਿਹੜੀਆਂ ਮੰਗਾਂ ਹੁੰਦੀਆਂ ਨੇ, ਜੋ ਕੋਈ ਵੀ ਚੀਜ਼ ਦੀ ਡਿਮਾਂਡ ਕਰਦਾ ਬੱਚਾ, ਮਾਂ ਕੋਲ ਚਾਹੇ 4 ਪੈਸੇ ਨਾ ਹੋਣ, ਉਹ ਜਿੱਥੋਂ ਮਰਜ਼ੀ ਲਿਆ ਕੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਵੀ ਵਧੀਆ ਕਰਦੇ, ਉਹਦੀਆਂ ਸਾਰੀਆਂ ਉਮੀਦਾਂ ਪੂਰੀਆਂ ਕਰਦੇ ਆ ਕਿ ਕੋਈ ਨਹੀਂ, ਬੁਢਾਪੇ ਦੇ ਵਿੱਚ ਇਹੀ ਧੀ ਪੁੱਤ ਸਾਡਾ ਸਹਾਰਾ ਬਣਨਗੇ। ਪਰ ਕੀ ਲੱਗਦਾ ਹੈ, ਜਿਸ ਤਰੀਕੇ ਦੇ ਨਾਲ ਆ, ਇੱਕ ਗੱਲ ਹੋਰ ਦੇਖੋ ਇਸ ਵੀਡੀਓ ਦੇ ਵਿੱਚ ਤੁਸੀਂ, ਕਿ ਜਿਹੜਾ ਇਹ ਨੌਜਵਾਨ ਆਪਣੀ ਮਾਂ ਨੂੰ ਕੁੜਦਾ ਨਜ਼ਰ ਆ ਰਿਹਾ, ਸਿਰ ਦੇ ਉੱਤੇ ਇਸਦੇ ਜਿਹੜੀ ਕਿ ਪਰਨਾ ਬੰਨਿਆ ਹੋਇਆ, ਦਸਤਾਰ ਸਜਾਈ ਹੋਈ ਹੈ, ਪਰ ਕਿਉਂ ਅਜਿਹਾ ਸਮਾਂ ਆ ਰਿਹਾ ਕਿ ਅੱਜ ਮਾਵਾਂ ਆਪਣੇ ਪੁੱਤਾਂ ਤੋਂ ਛਿੱਤਰ ਖਾ ਰਹੀਆਂ ਨੇ। ਦੂਜੇ ਪਾਸੇ ਜਿਹੜੀ ਇਸਦੀ ਨੂੰਹ ਆ, ਉਹ ਜਦੋਂ ਕਿਸੇ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ, ਕਿਉਂਕਿ ਸਾਰੇ ਬੰਦੇ ਅਜਿਹੇ ਨਹੀਂ ਹੁੰਦੇ, ਕਈਆਂ ਦਾ ਮਨ ਪਿਘਲ ਜਾਂਦਾ, ਤਾਂ ਉੱਥੇ ਹੀ ਜਦੋਂ ਇਹ ਸਾਰਾ ਸੀਨ ਦੇਖਿਆ ਜਾਂਦਾ, ਤਾਂ ਉੱਥੇ ਮੌਜੂਦ ਕਿਸੇ ਲੜਕੀ ਵੱਲੋਂ ਇਸਦੀ ਵੀਡੀਓ ਬਣਾਈ ਜਾਂਦੀ ਹੈ, ਤਾਂ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਜਿਹੜੀ ਉਸ ਜਿਹੜਾ ਵਿਅਕਤੀ ਕੁੱਟ ਰਿਹਾ, ਉਸਦੀ ਘਰ ਵਾਲੀ ਆ ਕੇ ਉਸਦੀ ਵੀਡੀਓ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੀ ਆ, ਉਸਨੂੰ ਕੁੱਟਣ ਦੀ ਕੋਸ਼ਿਸ਼ ਕਰਦੀ ਆ, ਫੋਨ ਖੋਹਣ ਦੀ ਕੋਸ਼ਿਸ਼ ਕਰਦੀ ਆ। ਇਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੇਕਰ ਤੁਸੀਂ ਅਜਿਹੀ ਕਰਤੂਤ ਕਰੋ ਹੀ ਨਾ, ਤਾਂ ਤੁਹਾਡੀਆਂ ਵੀਡੀਓ ਕੋ ਕਿਉਂ ਬਣਨਾ। ਇੱਥੇ ਜਿਹੜਾ ਕਿ ਪੁੱਤ ਆ, ਉਸਨੂੰ ਸੋਚਣਾ ਚਾਹੀਦਾ ਕਿ ਆਖਰ ਮਾਂ ਜਿਹੜੀ ਤੁਹਾਨੂੰ ਜਨਮ ਦਿੰਦੀ ਆ, ਕਿਸੇ ਨੇ ਸੱਚ ਹੀ ਕਿਹਾ ਕਿ ਜਿਹੜੇ ਕਿ ਪੁੱਤਾਂ ਨੂੰ ਦੁੱਧਾਂ ਨਾਲ ਮਾਵਾਂ ਪਾਲਦੇ ਨੇ ਤੇ ਅੱਜ ਪਾਣੀ ਨੂੰ ਤਰਸਦੀਆਂ ਨੇ, ਇਸ ਮਾਂ ਦਾ ਵੀ ਉਹੀ ਬੁਰਾ ਹਾਲ ਆ ਜਿਸ ਤਰੀਕੇ ਦੇ ਨਾਲ ਇਸਨੂੰ ਕੁੱਟਿਆ ਜਾ ਰਿਹਾ। ਤਾਂ ਇਹ ਕਲਯੁੱਗ ਨਹੀਂ ਤਾਂ ਹੋਰ ਇਸਨੂੰ ਕੀ ਕਵਾਂਗੇ। ਬਿਰਧ ਆਸ਼ਰਮ ਨੇ ਉਹ ਦੇਖਿਆ ਗਿਆ ਕਿ ਬਜ਼ੁਰਗਾਂ ਦੇ ਨਾਲ ਭਰੇ ਪਏ ਨੇ। ਕਿਉਂ? ਮਾਂ ਬਾਪ ਧੀਆਂ ਪੁੱਤਾਂ ਨੂੰ ਇੰਨਾ ਬੋਝ ਲੱਗਣ ਲੱਗ ਜਾਂਦੇ ਨੇ ਕਿ ਉਹਨਾਂ ਨੂੰ 2 ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਜਿਹੜੇ ਮਾਂ ਬਾਪ ਆਪਣੇ ਧੁੱਪਾਂ ਦੇ ਵਿੱਚ, ਗਰਮੀਆਂ ਦੇ ਵਿੱਚ ਆਪਣੇ ਹੱਡਾਂ ਨੂੰ ਰਾੜ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ, ਢਿੱਡ ਭਰਦੇ ਨੇ, ਉਹਨਾਂ ਦੀਆਂ ਹਰ ਖੁਆਇਸ਼ਾਂ ਪੂਰੀਆਂ ਕਰਦੇ ਨੇ, ਤੇ ਅੱਜ ਉਹੀ ਧੀ ਪੁੱਤ ਆਪਣੇ ਮਾਪਿਆਂ ਨੂੰ ਇਸ ਤਰੀਕੇ ਦੇ ਨਾਲ ਕੁੱਟਦੇ ਨੇ, ਤਾਂ ਫਿਰ ਇੱਥੇ ਮਾਪਿਆਂ ਦਾ ਦਿਲ ਉਦੋਂ ਹੀ ਚੱਕਣਾ ਚੂਰ ਹੋ ਜਾਂਦਾ ਕਿ ਅਸੀਂ ਇੰਨੇ ਸ਼ੌਂਕ ਨਾਲ ਆਪਣੇ ਬੱਚਿਆਂ ਨੂੰ ਪਾਲਦੇ ਹਾਂ, ਇੰਨੀਆਂ ਉਮੀਦਾਂ ਰੱਖਦੇ ਹਾਂ ਕਿ ਵੱਡੇ ਹੋਣਗੇ, ਸਾਡੇ ਬਜ਼ੁਰਗ ਹੋਣ ਤੇ ਇਹ ਸਾਡਾ ਇੱਕੋ ਇੱਕ ਸਹਾਰਾ ਬਣਨਗੇ। ਪਰ ਸਹਾਰਾ ਤੁਸੀਂ ਆਪ ਦੇਖ ਸਕਦੇ ਹੋ। ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਮੈਂਟ ਦੇ ਵਿੱਚ
ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਅਜਿਹੇ ਲੋਕਾਂ ਦੇ ਖਿਲਾਫ ਐਕਸ਼ਨ ਵੀ ਹੋਣਾ ਲਾਜ਼ਮੀ ਆ, ਤਾਂ ਕਿ ਹੋਰ ਲੋਕਾਂ ਨੂੰ ਵੀ ਕੰਨ ਹੋ ਜਾਣ ਜੋ ਆਪਣੇ ਮਾਪਿਆਂ ਦੇ ਉੱਤੇ ਅਜਿਹਾ ਤਸ਼ੱਦਦ ਢਾਉਂਦੇ ਨੇ। ਆਖਿਰ ਇਹਨਾਂ ਮਾਪਿਆਂ ਦੀ ਇਹੀ ਗਲਤੀ ਹੋ ਗਈ ਕਿ ਉਹਨਾਂ ਨੇ ਤੁਹਾਨੂੰ ਆਪ ਗਿੱਲੇ ਦੇ ਵਿੱਚ ਪੈ ਕੇ ਤੁਹਾਨੂੰ ਸੁੱਕੀ ਥਾਂ ਰੱਖਿਆ, ਤੁਹਾਡੀ ਹਰ ਇੱਕ ਖੁਆਇਸ਼ ਪੂਰੀ ਕਰੀ, ਆਪ ਧੁੱਪਾਂ ਦੇ ਵਿੱਚ ਸਰਦੀਆਂ ਦੇ ਵਿੱਚ ਰੜ ਕੇ ਆਪਣੇ ਸਰੀਰ ਨੂੰ ਪੂਰੇ ਹੱਡ ਖਰਾਬ ਕਰਕੇ ਹੱਡ ਗਾਲ ਕੇ ਤੁਹਾਡੀ ਹਰ ਇੱਕ ਖੁਆਇਸ਼ ਪੂਰੀ ਕਰੀ। ਕੀ ਇਹੀ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਅੱਜ ਆ ਕੇ ਉਹਨਾਂ ਨੂੰ ਤੁਹਾਡੇ ਛਿੱਤਰ ਵੀ ਖਾਣੇ ਪੈ ਰਹੇ ਨੇ? ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਬਿਊਰੋ ਰਿਪੋਰਟ, ਛਣਕਾਟਾ ਨਿਊਜ਼।